ਅੱਜ ਸ਼ਾਮ ਤੱਕ ਅਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੁੱਟਾਂਗੇ ਤੇ ਹੁਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੁੱਟਾਂਗੇ। ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ। ਸਾਨੂੰ ਜਦ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ? ਪੁਲਿਸ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ? ਨਾ ਚਿੱਟਾ ਵੇਚਣ ਵਾਲੇ ਉਹਨੂੰ ਫੜ ਸਕਦੇ ਆ, ਨਾ ਗੋਲੀਆਂ ਮਾਰਨ ਵਾਲਿਆਂ ਨੂੰ ਫੜ ਸਕਦੀ ਆ। ਸਾਰਿਆਂ ਦੀ ਮਿਲੀ ਭੁਗਤ ਵਾ, ਸਾਰਿਆਂ ਦੇ ਕੋਲ ਆ। ਔਰ ਇਹ ਵੀ ਗੱਲ ਸੁਣ ਲਓ, ਜਿਹੜਾ ਸਮਾਜ ਦੇ ਉੱਚੇ ਉੱਤੇ ਉੱਠਦਾ, ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ, ਉਹਨੂੰ ਟਾਰਗੇਟ ਕੀਤਾ ਜਾਂਦਾ। ਟਾਰਗੇਟ ਕਿਉਂ ਕੀਤਾ ਜਾਂਦਾ? ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ, ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ। ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਛ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀਨਾਮੇ ਹੋਏ ਆ, ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਮੋਸ਼ੀ ਦੇਤੀ ਆ। ਉਹਨਾਂ ਨੇ ਅੱਜ ਜਿਹੜਾ ਇਹ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ। ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਹਾਂ ਕਿ ਉਹ ਸਾਡਾ ਭਰਾ ਸੀਗਾ, ਜੇ ਕਿਸੇ ਨੇ ਅੱਜ ਸ਼ਾਮ ਤੱਕ ਅਰੈਸਟ ਨਾ ਹੋਈ ਉਹਨਾਂ ਦੇ ਘਰ ਵੀ ਲੁੱਟਾਂਗੇ ਤੇ ਹੁਸ਼ਿਆਰਪੁਰ ਦਾ ਏਰੀਆ ਵੀ ਸਾਰਾ ਲੁੱਟਾਂਗੇ। ਅਸੀਂ ਵੀ ਜਾਂਦੇ ਮਾਰ ਦੇਣੇ ਆ, ਇਹ ਦੱਸ ਦਿੰਦੇ ਆ ਪ੍ਰਸ਼ਾਸਨ ਅੱਗੇ ਸੁਣਦਾ ਵੀ ਆ। ਵਿੰਦਰ ਭਾਜੀ ਅੱਜ ਹੋਇਆ ਕੀ ਸੀਗਾ ਭਾਜੀ, ਕਿੱਥੋਂ? ਭਾਜੀ ਦੇਖੋ, ਮੈਂ ਉਸ ਲਈ ਨਹੀਂ ਸੀ, ਮੇਰੇ ਭਾਜੀ ਆ ਵੱਡੇ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਏਦਾਂ ਏਦਾਂ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰਬ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ। ਜਦੋਂ ਸਾਨੂੰ ਪਤਾ ਲੱਗਾ ਇਹ ਕੇੜੀਆਂ ਪਹੁੰਚ ਗਏ, ਪਰ ਜਿਹੜੇ ਵੀਰ ਦੱਸਦੇ ਉਹ ਜਿਲੇ ਆਉਂਦੇ ਪਏ ਸੀ ਉਹ ਰਸਤੇ 'ਚ ਦਮ ਤੋੜ ਦਿੱਤਾ। ਉਹ ਆਪਣੇ ਡੰਪ ਤੇ ਆਏ ਆ, ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ, ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਿਵੋਲਵਰ ਹੱਥ ਮਲਾਇਆ, ਹੱਥ ਮਲਾ ਕੇ ਨਾਲੇ ਰਿਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ। ਹੁਣ ਕਿਉਂਕਿ ਇਸ ਵੇਲੇ ਉਹ ਸਿਰ ਕੱਢਮਾ ਚੱਲ ਰਿਹਾ ਸੀ ਬਿਜ਼ਨਸ ਦੇ ਵਿੱਚ, ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ। ਜਿਹੜੀਆਂ ਮਨੁਵਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ। ਕੋਈ ਭਾਜੀ ਦੀ ਰੰਜਿਸ਼ ਵਗੈਰਾ ਤੁਸੀਂ ਕੋਈ ਲੜਾਈ? ਭਾਜੀ ਰੰਜਿਸ਼ ਕੋਈ ਨਹੀਂ, ਉਹ ਦੇਖੋ ਇਹਨੇ, ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ, ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਆਪਸ ਵਿੱਚ ਨਿਆਣੇ ਜਿਹੜੇ ਅੱਜ ਕੱਲ੍ਹ ਬਥੇਰੇ ਲੜਦੇ ਆ, ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀਨਾਮਾ ਕਰਾ ਦਿੰਦੇ ਆ ਤੇ ਉਹ ਮੈਂ ਕਿਸੇ ਰਾਜੀਨਾਮਾ ਕਰਾਉਂਦਾ ਮੈਨੂੰ ਗੋਲੀ ਮਾਰਨਗੇ? ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਵਾਲਾ ਆ, ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖੁੰਦਕ ਕੱਢੀ ਆ। ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਬੰਦੇ ਕਿੱਥੇ ਦੇ ਆ। ਇਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਹੇ ਕਿਹਨਾਂ ਨੇ ਮਾਰੀ? ਹਾਂ ਪਛਾਣ ਚਾਹੇ ਆ, ਉਹ ਇੱਥੇ ਅਸਲਪੁਰ ਦੇ ਬੰਦੇ ਆ। ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣਿਆਂ ਦੀ ਤੂੰ ਮੈਂ ਹੋਈ ਆ, ਜੇ ਨਿਆਣਿਆਂ ਦੀ ਤੂੰ ਮੈਂ ਹੋਈ ਆ ਬੱਚਿਆਂ ਦਾ ਕੀ, ਵੱਡਿਆਂ ਦਾ ਕੀ ਕਸੂਰ ਆ? ਵੱਡੇ ਦਾ ਹਰੇਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ, ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ। ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਫਿਰ ਕੱਲ ਨੂੰ ਉਹਨਾਂ ਦੇ ਘਰ ਵੀ ਲੁੱਟੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ। ਸੰਦੀਪ ਭਾਜੀ ਸਰਪੰਚ ਵੀ ਮੌਜੂਦ ਭਾਜੀ, ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤਾ ਦਾ ਸੀ, ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲਾਕਾਂ ਦੀ ਜੋ ਸੀਮਿੰਟ ਦੀ ਇੱਟਾਂ ਬਣਦੀ ਆ। ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੜ ਰਹੇ ਸੀਗੇ।
ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ। ਫਿਲਮ ਆ ਰਹੀ ਸੀ, ਸਾਨੂੰ ਪਤਾ ਲੱਗਿਆ ਕਿ ਭਾਜੀ ਹੁਣਾਂ ਦੀ ਇੱਕ ਜੈ ਭੀਮ ਫਿਲਮ ਵੀ ਆ ਰਹੀ ਸੀ। ਪੂਰੀ ਤਿਆਰੀ ਚੱਲਦੀ ਸੀ। ਇਹੀ ਤਾਂ ਗੱਲ ਆ, ਦੇਖੋ ਇਹੀ ਗੱਲ ਆ ਕਿ ਜੈ ਭੀਮ ਫਿਲਮ ਆ ਰਹੀ ਆ, ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਸੀਗੇ। ਜਿਹੜਾ ਦੂਸਰੀਆਂ ਤਾਕਤਾਂ ਆ, ਮਨੁਵਾਦ ਤਾਕਤਾਂ, ਉਹਨੇ ਚਾਹੁੰਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲਿਖ ਕੇ ਜਾਗਰੂਕ ਹੋਵੇ। ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣ, ਉਹੀ ਲੋਕ ਆਪਣੇ ਨਿਆਣਿਆਂ ਨੂੰ ਨਾ ਪੜ੍ਹਾਉਣ, ਅੰਧ ਵਿਸ਼ਵਾਸੀ ਬਣ ਕੇ ਰਹਿਣ। ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੀਗੀ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ, ਹੈਲਥ ਦੇਣ ਲਈ ਸੀ, ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ, ਹੀਰੇ ਬਹੁਤ ਬੈਠੇ ਆ, ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ। ਕਿੱਥੇ ਵਾਪਰੀ ਬਿੰਦਰ ਬਾਜੀ ਘਟਨਾ ਵਾਪਰੀ? ਇਹ ਦਸ਼ੜਕੇ ਦੇ ਕੋਲੇ ਦਿੱਲੀ ਸਾਡਾ ਡੰਪ ਆਪਣਾ ਭਾਜੀ ਹੁਣਾਂ ਦਾ। ਹਾਂਜੀ, ਇੱਕ ਹੁਸ਼ਿਆਰਪੁਰੋਂ ਜਾਂਦੇ ਆ ਦਸ਼ੜਕਿਆਂ, ਦਸ਼ੜਕੇ ਤੋਂ ਖੱਬੇ ਹੱਥ ਨੂੰ, ਪਹਿਲਾਂ ਹੀ ਦਸ਼ੜਕੇ ਤੋਂ ਇੱਧਰਲੀ ਸਾਈਡ ਖੱਬੇ ਹੱਥ ਡੰਪ ਆ, ਉੱਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿੱਪਰ ਵੀ ਚੱਲਦੇ ਪਏ ਆ। ਕਿੰਨੇ ਵਜੇ ਦੀ ਘਟਨਾ ਜੀ ਇਹ? ਸਾਢੇ 9 ਵਜੇ ਦੀ ਗੱਲ। ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ? ਉਹਨਾਂ ਨੇ 4 ਗੋਲੀਆਂ ਚਲਾਈਆਂ, 2 ਖਾਲੀ ਚਲ ਗਈਆਂ, ਇੱਕ ਮਿਸ ਹੋ ਗਈ, ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ। ਤੇ ਹੁਣ ਕੀ ਕਾਰਵਾਈ ਚਾਹੁੰਦੇ ਤੁਸੀਂ? ਭਾਜੀ ਕਾਰਵਾਈ ਚਾਹੁੰਦੇ ਆ ਅਸੀਂ, ਸੰਸਕਾਰ ਉਸ ਲਈ ਕਰਨਾ ਆ ਜਿੰਨਾ ਚਿਰ ਰੈਸਟ ਨਹੀਂ ਹੁੰਦੇ। ਜੇ ਅੱਜ ਸ਼ਾਮ ਤੱਕ ਰੈਸਟ ਹੋ ਗਏ ਠੀਕ ਆ, ਨਹੀਂ ਤਾਂ ਆਪਾਂ ਭਾਜੀ ਫਿਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੇ। ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਹਮੇਸ਼ਾ ਸਮਾਜ ਲਈ ਖੜਦੀ, ਉਹ ਸਾਡਾ ਭਰਾ ਆ, ਉਹ ਸਾਨੂੰ ਸਪੋਰਟ ਕਰਦਾ ਰਿਹਾ, ਅਸੀਂ ਉਹਦੇ ਲਈ ਮਰਨੇ ਵੀ ਤਿਆਰ ਆ ਔਰ ਮਾਰਨੇ ਵੀ ਤਿਆਰ ਆ। ਉੱਥੇ 3 ਨੌਜਵਾਨ ਆਏ, ਉਹਦੇ ਵਿੱਚ ਮੋਟਰਸਾਈਕਲ, ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਡੈਥ ਹੋ ਗਈ। ਕੋਈ ਪਹਿਲਾਂ ਵੀ ਇੰਟੀਮੇਸ਼ਨ ਸੀ ਪੁਲਿਸ ਨੂੰ ਕਿ ਇਹਨਾਂ 'ਤੇ ਹਮਲਾ ਹੋ ਸਕਦਾ ਜੇ? ਕੁਛ ਨਹੀਂ ਇੱਦਾਂ ਦਾ ਜੀ, ਨਾ ਕੋਈ ਕੰਪਲੇਂਟ ਸੀ ਨਾ ਕੋਈ ਬਾਰੇ ਕੋਈ। ਅਤੇ ਹੁਣ ਮੁੜਲੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ? ਬਸ ਅਸੀਂ ਇਹਨਾਂ ਨੂੰ ਬਾਈ ਨੇਮ ਤਾਂ ਹੈਗੇ ਆ, 2-3 ਬੰਦੇ ਦਾ ਪਤਾ ਹੈ ਜਿਹੜੇ ਬੰਦੇ ਇਸ 3 ਮੋਟਰਸਾਈਕਲ ਵੈਰੀਫਾਈ ਹੋਏ ਨੇ? ਵੈਰੀਫਾਈ ਹੈਗੇ ਨੇ, ਵੈਰੀਫਾਈ ਹੋਏ। ਕਿੱਥੋਂ ਦੇ ਰਹਿਣ ਵਾਲੇ ਨੇ ਜੀ? ਖਿਲਾਸਪੁਰ ਦਾ ਜਾਣ ਦੇ। ਹਾਂਜੀ, 9-1 ਜਿੱਟਾਂ ਦਾ। ਟੋਟਲ ਕਿੰਨੇ ਹਮਲਾਵਰ ਆਏ ਸੀਗੇ ਜੀ? ਛਾਪੇਮਾਰੀ ਹੋ ਰਹੀ ਜਾ ਰਹੀ ਹੈ? ਠੀਕ ਹੈ ਜੀ, ਪੀਸ ਚੱਲ ਰਿਹਾ।